ਹੀ ਪਦ ਚਿੰਨ੍ਹਾਂ ਤੇ ਆਪਾਂ ਚੱਲਣਾ ਹੈ। ਬਸ ਚਾਹੀਏ ਮੁਝੇ ਮੁੱਠੀ ਭਰਾ ਨਰਸਦੀ ਹੋਈ ਨਜ਼ਰੋਂ ਸੇ ਰਾਸਤੇ ਪਰ ਬੇਪਰਵਾਹ ਜੀ ਪਾਰ ਕਰਨੇ ਕੇ ਲਈ ਅਬ ਤੱਕ 1500 ਮੈਂ ਕਿਰਪਾਲ ਪੰਜਾਬ ਤੋਂ ਰਹਿਣ ਵਾਲਾ ਸੈਕਿੰਡ ਵਿਸ਼ੂ ਚੈਂਪੀਅਨਸ਼ਿਪ ਨੂੰ ਅੱਜ ਨੋਡਾ ਦੇ ਵਿੱਚ ਇੰਡਸਟਰੀ ਵੱਲੋਂ ਕਰਵਾਈ ਗਈ ਜਿਸ 'ਤੇ ਸ਼ਹੀਦ ਭਗਤ ਸਿੰਘ ਦੇ ਪ੍ਰਧਾਨ ਜਿੱਥੇ ਹੋਣੀ ਜੋ ਅੱਜ ਦਾ ਇਹ ਚੈਂਪੀਅਨਸ਼ਿਪ ਕਰਾਇਆ ਮੈਂ ਸਮਝਦਾ ਕਿ ਬਹੁਤ ਮੰਗਾ ਹਲਕੇ ਦੇ ਲਈ ਬਹੁਤ ਵੱਡੀ ਗੱਲ ਹੈ। ਖਾਸ ਕਰ ਸਾਡੇ ਨੌਜਵਾਨ ਨੇ ਜਿਨ੍ਹਾਂ ਨੂੰ ਇੱਕ ਵਿਸ਼ਾ ਦੀ ਲੋੜ ਹੈ, ਜਿਨ੍ਹਾਂ ਨੂੰ ਇੱਕ ਡਾਇਰੈਕਸ਼ਨ ਦੀ ਲੋੜ ਹੈ ਕਿ ਉਹ ਆਪਣੀ ਐਨਰਜੀ ਜਿਹੜੀ ਉਹ ਸਹੀ ਰਸਤੇ ਪਾ ਸਕਣ ਔਰ ਦੇਸ਼ ਦੀ ਤਰੱਕੀ ਔਰ ਪੰਜਾਬ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ। ਇਸ ਸਮੇਂ ਦਾ ਜੋ ਚੈਂਪੀਅਨਸ਼ਿਪ ਦੇ ਵਿੱਚ ਆਈ ਹੈ ਉਹ ਇਹ ਉਹਦੇ ਲਈ ਬਹੁਤ ਵੱਡਾ ਯੋਗਦਾਨ ਹੈ। ਉਹਦੇ ਲਈ ਮੈਂ ਐਸੋਸੀਏਸ਼ਨ ਦੇ ਜਿੰਨੇ ਵੀ ਮੈਂਬਰ ਸਾਹਿਬਾਂ ਨੇ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਮੈਂ ਸਟੇਟ ਗੌਰਮੈਂਟ ਨੂੰ ਵੀ ਇਹ ਅਪੀਲ ਵੀ ਕਰੂੰਗਾ ਔਰ ਆਪਣੀ ਗੱਲ ਵੀ ਰੱਖੂੰਗਾ ਕਿ ਇਸ ਸਕੀਮ ਨੂੰ ਮਿਸ਼ਨ ਪੰਜਾਬ ਦੇ ਅੰਦਰ ਇਹਨੂੰ ਅਸਟੈਬਲਿਸ਼ ਕਰਨ ਦੇ ਲਈ ਸਾਰੇ ਉਪਰਾਲੇ ਕਰਨੇ ਚਾਹੀਦੇ ਆ ਤਾਂ ਕਿ ਸਾਡੇ ਨੌਜਵਾਨ ਸੀ ਇਸ ਪੇਸ਼ਾ ਵੱਲ ਜਾ ਸਕਣ। ਸੋ ਇੱਕ ਵਾਰ ਫਿਰ ਐਸੋਸੀਏਸ਼ਨ ਨੂੰ ਬੜਾਈ ਦਿੰਦਾ ਵਾਹਿਗੁਰੂ ਕਰਤਾ ਸਾਹਿਬ ਗੁਰਦੀਪ ਸਿੰਘ ਜ਼ਿਲ੍ਹਾ ਵਿਸ਼ੂ ਐਸੋਸੀਏਸ਼ਨ ਪ੍ਰੈਜ਼ੀਡੈਂਟ ਨਵਾਂਸ਼ਹਿਰ ਤੋਂ ਅਤੇ ਨਾਲ ਮੇਰੇ ਨਾਲ ਭਾਟਾ ਜੀ ਸਤਨਾਮ ਭਾਟਾ ਜੀ ਜੋ ਮੇਰੇ ਵਾਈਸ ਪ੍ਰੈਜ਼ੀਡੈਂਟ ਨੇ ਸਾਡੇ ਕੋਚ ਸਾਹਿਬ ਰਜਿੰਦਰ ਜੀ ਜੋ ਕਿ ਮੇਰੇ ਨਾਲ ਬੱਚਿਆਂ ਨੂੰ ਕੋਚਿੰਗ ਦਿੰਦੇ ਆ ਅਤੇ ਸਾਡੇ ਜ਼ਿਲ੍ਹੇ ਵਿੱਚ ਜਿੰਨੇ ਵੀ ਕੋਚ ਆ ਉਹਨਾਂ ਨੂੰ ਵੀ ਨਾਲ ਤਿਆਰੀ ਕਰਵਾਉਂਦੇ ਆ ਜਿਹਨਾਂ ਕਿ ਵੱਧ ਤੋਂ ਵੱਧ ਬੱਚੇ ਸਾਡੀ ਵਿਸ਼ੂ ਦੇ ਨਾਲ ਜੁੜਨ ਅਤੇ ਉਸ ਚੀਜ਼ ਤੋਂ ਨਸ਼ਿਆਂ ਤੋਂ ਵੀ ਔਰ ਕੁੜੀਆਂ ਨੂੰ ਖਾਸ ਕਰਕੇ ਕਿ ਆਪਣੇ ਸੈਲਫ ਡਿਫੈਂਸ ਲਈ ਵਿਸ਼ੂ ਨੂੰ ਗੇਮ ਨੂੰ ਜੁਆਇਨ ਕਰਨ। ਸਾਡੇ ਜ਼ਿਲ੍ਹੇ ਦੇ ਵਿੱਚ ਅਸੀਂ ਇਹ ਚਾਹੁੰਦੇ ਹਾਂ ਸਾਡੇ ਨਾਲ ਸਾਡੀ ਸਰਕਾਰ ਵੀ ਸਾਥ ਦੇਵੇ ਅਤੇ ਵੈਸੇ ਵੀ ਸਾਡੇ ਜਿਹੜੇ ਐਸ ਪੀ ਸਾਹਿਬ ਨੇ ਉਹ ਵੀ ਸਾਡਾ ਬਹੁਤ ਸਾਥ ਦਿੰਦੇ ਨੇ ਅਤੇ ਬੱਚਿਆਂ ਦੇ ਸੈਲਫ ਡਿਫੈਂਸ ਲਈ ਵੁਸ਼ੂ ਗੇਮ ਬਹੁਤ ਜ਼ਿਆਦਾ ਜ਼ਰੂਰੀ ਆ। ਅੱਜ ਦਾ ਟਾਈਮ ਇੰਨਾ ਵਿਗੜਦਾ ਜਾ ਰਿਹਾ ਆ ਕਿ ਬੱਚਿਆਂ ਨੂੰ ਆਪਣੇ ਸੈਲਫ ਲਈ ਡਿਫੈਂਸ ਲਈ ਸਾਰਿਆਂ ਨੂੰ ਪਹਿਲਾਂ ਵੁਸ਼ੂ ਗੇਮ ਦੇ ਜ਼ਰੂਰੀ ਸਿੱਖਣੀ ਚਾਹੀਦੀ ਆ। ਹਰੇਕ ਘਰ ਦੇ ਵਿੱਚ ਹਰੇਕ ਬੱਚੇ ਨੂੰ ਇਸ ਗੇਮ ਦੇ ਨਾਲ ਜੁੜਨਾ ਚਾਹੀਦਾ ਆ ਜਿਹਦੇ ਨਾਲ ਕਿ ਕਿਸੇ ਨੂੰ ਕਿਸੇ ਵੱਲ ਦੇਖਣ ਦੀ ਜ਼ਰੂਰਤ ਨਾ ਪਵੇ। ਖਾਸ ਕਰ ਸਾਡੀਆਂ ਕੁੜੀਆਂ ਨੂੰ ਸਾਡੀਆਂ ਭੈਣਾਵਾਂ ਨੂੰ ਇਸ ਕੋਚਿੰਗ ਜ਼ਰੂਰ ਲੈਣੀ ਚਾਹੀਦੀ ਆ ਤਾਂ ਕਿ ਉਹਨਾਂ ਨੂੰ ਕੋਈ ਕਿਸੇ ਗੱਲ ਦੀ ਪ੍ਰੋਬਲਮ ਨਾ ਆ ਸਕੇ ਜਾਂ ਕਿਸੇ ਨਸ਼ੇੜੀਆਂ ਤੋਂ ਜਾਂ ਕੋਈ ਚੋਰ ਚਕੰਨਿਆਂ ਤੋਂ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਨਾ ਹੋਵੇ, ਕੋਈ ਉਹਨਾਂ ਨਾਲ ਲੁੱਟਮਾਰ ਨਾ ਕਰ ਸਕੇ ਜਾਂ ਕੋਈ ਉਹਨਾਂ ਨਾਲ ਛੇੜਖਾਨੀ ਨਾ ਕਰ ਸਕੇ। ਅਤੇ ਮੈਂ ਆਪਣੇ ਜ਼ਿਲ੍ਹੇ ਦੀ ਐਸੋਸੀਏਸ਼ਨ ਦਾ ਅਤੇ ਆਪਣੇ ਪੰਜਾਬ ਬੋਡੀ ਐਸੋਸੀਏਸ਼ਨ ਦਾ ਬਹੁਤ ਧੰਨਵਾਦ ਹਾਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਨਾਲ ਜੁੜ ਕੇ ਸਾਨੂੰ ਇਸ ਚੀਜ਼ ਦਾ ਮਾਣ ਦਿੱਤਾ ਕਿ ਅਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਉਹ ਬੱਚੇ ਏਸ਼ੀਆ ਗੇਮਾਂ ਲਈ ਵੀ ਲੈ ਕੇ ਜਾਈਏ ਅਤੇ ਜਿੰਨੇ ਵੱਧ ਤੋਂ ਵੱਧ ਆਪਣੇ ਬੱਚੇ ਨਾਲ ਜੋੜ ਸਕੀਏ ਅਤੇ ਮੈਂ ਬਹੁਤ ਧੰਨਵਾਦ ਕਰਦਾ ਸਰ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਵਿਤਾ, ਮੈਂ ਨਵਾਂਸ਼ਹਿਰ ਜ਼ਿਲ੍ਹੇ ਤੋਂ ਖੇਡਦੀ ਹਾਂ। ਅੱਜ ਸੀਨੀਅਰ ਸਟੇਟ ਦੇ ਵਿੱਚ ਮੇਰਾ ਗੋਲਡ ਮੈਡਲ ਆ, ਮੈਨੂੰ 2 ਸਾਲ ਹੋ ਗਏ ਗੇਮ ਕਰਦੀ ਨੂੰ। ਜੂਨੀਅਰ ਸਟੇਟ ਮੇਰਾ ਬ੍ਰੋਂਜ਼ ਮੈਡਲ ਆ ਅਤੇ ਇੰਟਰ ਕਾਲਜ ਗੋਲਡ ਮੈਡਲ ਆ। ਇਹ ਗੇਮ ਬਹੁਤ ਹੀ ਵਧੀਆ ਆ, ਬਾਕੀ ਗੇਮਾਂ ਆ, ਪਰ ਇਹ ਇੱਕ ਆਰਟ ਆ। ਇਸ ਦੇ ਨਾਲ ਕੁੜੀਆਂ ਆਪਣੀਆਂ ਰੱਖਿਆ ਵੀ ਕਰ ਸਕਦੀਆਂ ਆ, ਇਹਦੇ ਨਾਲ ਅਸੀਂ ਕੁੜੀਆਂ ਕਿਸੇ ਹੋਰ ਨੂੰ ਨਹੀਂ ਦੇਖ ਸਕਦੀਆਂ ਕਿ ਕੋਈ ਮੇਰੀ ਰੱਖਿਆ ਕਰੂਗਾ, ਭੈਣ ਭਰਾ ਜਾਂ ਚਾਚਾ ਤਾਇਆ, ਇਹਦੇ ਨਾਲ ਅਸੀਂ ਆਪਣੀ ਰੱਖਿਆ ਆਪ ਕਰ ਸਕਦੀਆਂ ਆ।
ਸੋ ਮੈਂ ਕਹਿੰਦੀ ਹਾਂ ਕਿ ਕੁੜੀਆਂ ਨੂੰ ਇਹ ਗੇਮ ਜੁਆਇਨ ਕਰਨੀ। ਮੈਂ ਪੰਜਾਬ ਵੁਸ਼ੂ ਐਸੋਸੀਏਸ਼ਨ ਅਤੇ ਨਵਾਂਸ਼ਹਿਰ ਵੁਸ਼ੂ ਐਸੋਸੀਏਸ਼ਨ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੀ ਹਾਂ।